ਇੱਕ ਪਿਓ ਦੇ ਵੱਲੋਂ ਆਪਣੀ ਧੀ ਅਤੇ ਉਸਦੇ ਪ੍ਰੇਮੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਦੋਵਾਂ ਦੀਆਂ ਲਾਸ਼ਾਂ ਨੂੰ ਪਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਦੱਸਦੇ ਕਿ ਧੀ ਦੇ ਪ੍ਰੇਮ ਸੰਬੰਧਾਂ ਤੋਂ ਬੇहद ਖਫਾ ਸੀ ਔਰ ਖੇਤ ਵਿੱਚ ਬੁਲਾ ਕੇ ਦੋਹਾਂ ਦਾ ਕਤਲ ਕੀਤਾ ਗਿਆ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਪੈਰਵਾਈ ਕੀਤੀ ਜਾ ਰਹੀ ਹੈ ਮਾਨਸਾ ਦੇ ਬੋਹਾ ਦੇ ਵਿੱਚ ਇਹ ਵਾਰਦਾਤ ਹੋਈ ਦੂਰੇ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਵਹਾ ਪੁਲਿਸ ਦੇ ਮੁਤਾਬਿਕ ਪਿਓ ਨੇ ਆਪਣੀ 19 ਸਾਲ ਦੀ ਧੀ ਅਤੇ ਉਸ ਦੇ 45 ਸਾਲ ਦੇ ਪ੍ਰੇਮੀ ਦਾ ਕਤਲ ਕੀਤਾ ਗਿਆ ਔਰ ਦੋਵੇਂ ਕਿਤੇ ਬਾਹਰ ਰਹਿ ਰਹੇ ਸੀ 45 ਸਾਲਾ ਗੁਰਪ੍ਰੀਤ ਸਿੰਘ ਦੇ ਉਸ ਦੀ ਗੁਆਂਢ ਦੇ ਵਿੱਚ ਰਹਿਣ ਵਾਲੀ 19 ਸਾਲ ਦੀ ਕੁੜੀ ਦੇ ਨਾਲ ਨਾਜਾਇਜ਼ ਸਬੰਧ ਸਨ ਜਿਸ ਕਾਰਨ ਅਣਖ ਦੇ ਲਈ ਇਸ ਪਿਓ ਦੇ ਵੱਲੋਂ ਆਪਣੀ ਧੀ ਅਤੇ ਉਸ ਦੇ 45 ਸਾਲ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਔਰ ਇਹਨਾਂ ਸਬੰਧਾਂ ਦੇ ਚੱਲਦੇ ਦੋਹੇ ਪਰਿਵਾਰਾਂ ਦੇ ਵਿੱਚ ਟਕਰਾਰ